ਸਿੱਖਣਾ ਸਿੱਖ ਕੇ ਕਰੋ ਕਮਾਈਆਂ 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ ਜਿੱਥੇ CDL ਕਲਾਸ A B ਤੇ P ਦੀ ਟ੍ਰੇਨਿੰਗ ਕਾਰਸ ਬਸਿਸ ਬਾਕਸ ਟਰੱਕ ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ ਇੱਥੇ ਨਾ ਸਿਰਫ ਪੰਜਾਬੀ ਹਿੰਦੀ ਅੰਗਰੇਜ਼ੀ ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ ਅੱਜ ਹੀ ਸੰਪਰਕ ਕਰੋ ਸਨੀ ਨੂੰ 540-656-09-85 ਤੇ ड्रामे कर दो ढा ठीक है तक जाने हम पिंडा आओगे वोटा लैण असी जो मंगा इन्हों मनिया होंगे कहने भी लागू कर दो इन मनिया भी 2,05,000 तो थले कर्जा सारा खत्म करा जो 2,00,000 है 2,50,000 ढाई पौने 2,00,000 है 4-5,00,000 है जो 2,00,000 कर देंगे अज जिहड़ा सी मोर्चा लाया किसानी मंगा नूं मनाउण दे लई जिहड़ियां पंजाब सरकार ने साडियां मंगा मन्नियां होईयां ने उन्हां नूं लागू कराउण दे लई असीं 20 तरीक तों लै के लगातार मोर्चा लाया होया कुछ साडियां मंगा जिहड़ियां उह मन्नियां वी ते उन्हां नूं देना उन्हां ने शुरू भी कीता हैगा जिहदे विचों सानूं कल पता लग्गिया कि जिहड़ी साडी शर्त लाई गई है पंजाब सरकार दे वल्लों कि 5 एकड़ वाले किसानां नूं मुआवजा जिहड़ा ਉਹ ਦਿੱਤਾ ਜਾਊਗਾ ਜਿਹੜੇ ਉਸ ਤੋਂ ਵੱਧ ਕਿਸਾਨ ਹੈ ਉਹਨਾਂ ਨੂੰ ਮੁਆਵਜ਼ਾ ਇਹ ਨਹੀਂ ਦਿੱਤਾ ਜਾਣਾ ਹੈਗਾ ਇਸ ਗੱਲ ਨੂੰ ਲੈ ਕੇ ਕਿ ਇਹ ਜਿਹੜੇ ਸਾਡੇ ਨਾਲ ਪੰਜਾਬ ਸਰਕਾਰ ਨੇ ਇਸ ਸ਼ਰਤ ਲਾ ਕੇ ਯਾਨੀ ਕਿ ਕਿਸਾਨਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਬਹੁਤ ਸਾਰੇ ਕਿਸਾਨਾਂ ਦਾ ਜਿਹੜਾ ਨਰਮ ਹੈ ਉਹ 5 ਏਕੜ ਤੋਂ ਵੱਧ ਹੈਗਾ ਇਹ ਉਹੀ ਹੈ ਕਿ ਇੱਕ ਪਾਸੇ ਇਹਨਾਂ ਨੇ ਮੁਆਵਜ਼ੇ ਦੀ ਰਾਸ਼ੀ ਹੈ ਜਿਹੜੀ ਉਹ 12-17 ਕੀਤੀ ਹੈਗੀ ਹੈ ਅਤੇ ਇੱਧਰੋਂ ਯਾਨੀ ਕਿ ਸ਼ਰਤ ਲਾਤੀ 5 ਏਕੜ ਵਾਲਿਆਂ ਦੀ ਇਹਦੇ 'ਚੋਂ ਬਹੁਤ ਸਾਰੇ ਕਿਸਾਨ ਹੈ ਜਿਹੜੇ ਉਹ ਰਹਿੰਦੇ ਹੈਗੇ ਹੈ ਇਸ ਕਰਕੇ ਜਿਹੜੇ ਅੱਜ ਦੇ ਉੱਚ ਅਫਸਰਾਂ ਦਾ ਘਰਾਓ ਹੈ ਇਸ ਗੱਲ ਕਰਕੇ ਕੀਤਾ ਗਿਆ ਹੈਗਾ ਕਿ ਉਹ ਜਿਹੜੀ ਸ਼ਰਤ ਹੈ ਉਹ ਹਟਾਈ ਜਾਵੇ ਅਤੇ ਜਿਹੜਾ ਪੂਰਨ ਮੁਆਵਜ਼ਾ ਉਹ ਸਭ ਨੂੰ ਦਿੱਤਾ ਜਾਵੇ ਤੇ ਹਾਂ ਜਦ ਤੱਕ ਉਹ ਸਾਡੀਆਂ ਮੰਗਾਂ ਨਹੀਂ ਮੰਨਦੇ ਉਦੋਂ ਤੱਕ ਇਹ ਧਰਨਾ ਜਾਰੀ ਰਹੂਗਾ ਕੱਲ੍ਹ ਵੀ ਸਾਡੀ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਯਾਨੀ ਕਿ ਟਾਲ ਮਟੋਲ ਵਾਲੀ ਨੀਤੀ ਚੱਲੀ ਹੈਗੀ ਹੈ ਉਹ ਕਹਿੰਦੇ ਆ ਕਿ ਅਸੀਂ ਦੇ ਦਾਂਗੇ ਪਰ ਉਹਨਾਂ ਨੂੰ ਐਂ ਲੱਗਦਾ ਹੈਗਾ ਕਿ ਇਹ ਜਿਹੜਾ ਆਈ ਚੱਲਦਾ ਰਹੇ ਨਾ ਕੁਝ ਦਿੱਤਾ ਜਾਵੇ ਤੇ ਜਿਹੜੀ ਚੋਣ ਜ਼ਾਬਤੇ ਵਾਲੀ ਗੱਲ ਹੈ ਉਹ ਲੱਗ ਜੇ ਤੇ ਅਸੀਂ ਫ੍ਰੀ ਹੋ ਜਾਈਏ ਪਰ ਸਾਡੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਤੇ ਕੋਈ ਚੋਣ ਜ਼ਾਬਤਾ ਨਹੀਂ ਲੱਗਦਾ ਅਸੀਂ ਚੋਣਾਂ ਦੇ ਦਿਨਾਂ 'ਚ ਵੀ ਆਪਦੀਆਂ ਇਹਨਾਂ ਮੰਗਾਂ ਨੂੰ ਮਨਾਉਣ ਲਈ ਸੰਘਰਸ਼ ਜਾਰੀ ਰੱਖਾਂਗੇ ਸ਼ਹੀਦਾਂ ਛੋਟੇ ਕਾਜ ਅਧੂਰੇ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਵੋਟਾਂ ਨੇ ਨਹੀਂ ਲਾਉਣਾ ਪਾਰ ਲੋਕ ਏਕਤਾ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਲੋਕ ਕੋਲ ਨਹੀਂ ਥੰਮਣ ਗਏ ਲੋਕ ਏਕਤਾ ਜਿੰਦਾਬਾਦ ਕਾਂਗਰਸ ਸਰਕਾਰ ਮਰਦਾਬਾਦ ਚੰਗੀ ਤਰ੍ਹਾਂ ਬਾਈ ਬਣਾ ਨਰਮਦਾ ਮੁਆਵਜ਼ਾ ਲੈ ਕੇ ਰਹਾਂਗੇ ਖਰਾਬੋ ਨਰਮਦਾ ਮੁਆਵਜ਼ਾ ਲੈ ਕੇ ਰਹਾਂਗੇ ਲੋਕ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇਹ ਜੀ ਸਰਕਾਰ ਨਾਲ ਗੱਲ ਚੱਲੀ ਸੀ ਜਦੋਂ ਪਹਿਲਾਂ ਵੀ ਅਸੀਂ ਧਰਨੇ ਦਿੱਤੇ ਆ ਪਹਿਲਾਂ 15 ਦਿਨ ਬਾਦਲ ਦੇ ਵਾਰ ਕੇ ਬੈਠੇ ਰਹੇ ਮਨਪ੍ਰੀਤ ਬਾਦਲ ਦੇ ਫਿਰ ਆ 5 ਦਿਨ ਇਹਦਾ ਘਰਾਓ ਕੀਤਾ ਸੀ ਕੰਪਲੈਕਸ ਦਾ ਨਰਮੇ ਦੇ ਮਸਲੇ ਨੂੰ ਲੈ ਕੇ ਕਿਉਂਕਿ ਨਰਮਾ ਮਾਰਿਆ ਗਿਆ ਵੀ ਇਹਨਾਂ ਨੇ ਨਰਮ ਦਿੱਤੇ ਬੀ ਟੀ ਕੋਟਨ ਅਸਲ ਹੈ ਨਹੀਂ ਸੀ ਇਸ ਕਰਕੇ ਉਹ ਪੀਲੀ ਸੁੰਡੀ ਪੈ ਗਈ ਜੇ ਟੀਂਡਿਆਂ ਦੇ ਵਿੱਚ ਜੇ ਵੀ ਸਹੀ ਹੁੰਦਾ ਬੀ ਟੀ ਕੋਟਨ ਉਹਨੂੰ ਕੋਈ ਬਿਮਾਰੀ ਨਹੀਂ ਲੱਗਦੀ ਐਡਾ ਜ਼ਹਿਰੀਲੀ ਚੀਜ਼ ਹੈ ਇਹਨਾਂ ਦੇ ਕਾਰਨ ਮਰਿਆ ਉਹਦਾ ਮੁਆਵਜ਼ੇ ਦੀ ਗੱਲ ਕਰਕੇ ਸਰਕਾਰ ਮੁਖਰੀ ਖੜੀ ਹੈ ਵੀ 17,000 ਰੁਪਇਆ ਕਿੱਲੇ ਦਾ ਦੇਵਾਂਗੇ
ਸਾਡੇ ਧਰਨੇ ਤੋਂ ਬਾਅਦ ਪਰ ਅਜੇ ਵੀ ਕੱਲ੍ਹ ਜਦੋਂ ਏ ਡੀ ਸੀ ਨੇ ਦਿੱਤਾ 12,000 ਵਾਲਾ ਹੀ ਆਇਆ ਨਾਲ ਇਹ ਕਹਿੰਦਾ ਵੀ 5 ਕਿੱਲਿਆਂ ਤੋਂ ਉੱਪਰ ਜਿਹੜਾ ਉਹ ਨਹੀਂ ਦੇਣਾ 5 ਕਿੱਲਿਆਂ ਦਾ ਦੇਵਾਂਗੇ ਮਜ਼ਦੂਰਾਂ ਦੀ ਜਿਹੜੀ ਚਗਾਈ ਆ ਉਹ ਕਹਿੰਦੇ ਵੀ ਅਸੀਂ ਜਿਹਦੇ ਮੀਟਰ ਲੱਗਿਆ ਹੋਰ ਨੂੰ ਦੇਵਾਂਗੇ ਅਤੇ ਨਾਲ ਜਿਹੜਾ ਬੈਂਕਾਂ ਦਾ ਕਰਜ਼ਾ ਹੈ ਵੀ 2 ਲੱਖ ਅਸੀਂ ਖਤਮ ਕਰਨਾ ਹੈ 5 ਕਿੱਲਿਆਂ ਤੋਂ ਘੱਟ ਕਿਸਾਨ ਵਾਲਾ ਉਹ ਲੈਂਡਮਾਰਕ ਬੈਂਕ ਜਿਹਦਾ ਕਰਜ਼ਾ ਹੈ ਜ਼ਿਆਦਾ ਅਸਲ ਉਹ ਪਾਈ ਨਹੀਂ ਬੈਂਕ ਵਿੱਚ ਉੱਧਰ ਗੰਨੇ ਦਾ ਬਕਾਇਆ ਜਿਹੜਾ ਗੰਨਾ ਖੜਾ ਵੇਚਦਾ ਹੈ ਕਿਸਾਨ ਉਹ 360 ਰੁਪਏ ਭਾਅ ਹੈ ਉਹਨੂੰ 335 ਦੀ ਪਰਚੀ ਦਿੰਦੇ ਆ 25 ਰੁਪਏ ਕਹਿੰਦੇ ਪੰਜਾਬ ਸਰਕਾਰ ਦੇ ਅਸੀਂ ਤਾਂ ਦਿੰਦੇ ਨਹੀਂ ਪੰਜਾਬ ਸਰਕਾਰ ਨੂੰ ਦੇਵੇ ਨਾ ਦੇਵੇ ਕਿਸਾਨ ਦਾ ਗੰਨਾ 360 ਪੂਰਾ ਕਰਨ ਇਸ ਕਰਕੇ ਇਹ ਮੰਗਾਂ ਨੂੰ ਲੈ ਕੇ ਇਸ ਗੱਲ ਤੋਂ ਮੁੱਕਰ ਚੁੱਲੀ ਸਰਕਾਰ ਮੁੱਕਰਨਾ ਚਾਹੁੰਦੀ ਹੈ ਉਹ ਮੰਗਾਂ ਨੂੰ ਲੈ ਕੇ ਕੱਲ੍ਹ ਸਾਨੂੰ ਸੂਬਾ ਕਮੇਟੀ ਨੇ ਸੱਦਾ ਭੇਜਿਆ ਸਾਰੀਆਂ ਜਿਹੜੇ ਜਿੰਨੇ ਡੀ ਸੀ ਦਫ਼ਤਰ ਨੇਗੇ ਉਹਨਾਂ ਦੇ ਸਾਰਿਆਂ ਦਾ ਘਰਾਓ ਚੱਲ ਰਿਹਾ ਇੱਥੇ ਆਈ ਜੀ ਸਾਹਿਬ ਅੰਦਰ ਨੇ ਏ ਡੀ ਸੀ ਸਾਹਿਬ ਅੰਦਰ ਨੇ ਹੋਰ ਵੀ ਅਫਸਰ ਹੋ ਸਕਦਾ ਕੋਈ ਇਹਨਾਂ ਦਾ ਪੱਕਾ ਘਰਾਓ ਹੈ।